ਸਾਰੇ ਮੇਰੇ ਤਾਂ ਜ਼ਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਉਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ 'ਤੇ ਚੱਲਦਾ ਸੀ ਜੀ। ਏਟੀਐਮ ਕਾਰਡ ਬਦਲ ਕੇ ਇੱਕ ਬਜ਼ੁਰਗ ਦੇ ਨਾਲ ਠੱਗੀ ਮਾਰੀ ਗਈ। ਸਾਰੀ ਉਮਰ ਦੀ ਕਮਾਈ ਮਿੰਟਾਂ ਦੇ ਵਿੱਚ ਹੀ ਸਾਫ਼ ਕਰ ਦਿੱਤੀ। ਬਜ਼ੁਰਗ ਦਾ ਏਟੀਐਮ ਕਾਰਡ ਬਦਲ ਕੇ ਧੋਖੇ ਦੇ ਨਾਲ 4.25 ਲੱਖ ਰੁਪਏ ਕਢਾਏ ਗਏ। ਸੰਗਰੂਰ ਜ਼ਿਲ੍ਹੇ ਦੇ ਸੁਨਾਮ ਦੇ ਆਈਟੀਆਈ ਚੌਂਕ ਨੇੜੇ ਐਚਡੀਐਫਸੀ ਬੈਂਕ ਦੇ ਏਟੀਐਮ ਦੇ ਵਿੱਚ ਜਦੋਂ ਇਹ ਬਜ਼ੁਰਗ ਪੈਸੇ ਕਢਵਾਉਣ ਦੇ ਲਈ ਆਇਆ ਤਾਂ ਉੱਥੇ ਪੈਸੇ ਨਹੀਂ ਨਿਕਲੇ। ਇੰਨੇ ਨੂੰ ਕੋਲ ਖੜ੍ਹੇ ਸ਼ਖਸ ਨੇ ਕਿਹਾ ਕਿ ਚੱਲ ਮੈਂ ਪੈਸੇ ਕਢਵਾ ਦਿੰਦਾ ਹਾਂ, ਅਤੇ ਕੁਝ ਪੈਸੇ ਕਢਵਾ ਦਿੱਤੇ। ਉਸਦਾ ਏਟੀਐਮ ਧੋਖੇ ਦੇ ਨਾਲ ਬਦਲ ਕੇ ਉਸਨੂੰ ਡੁਪਲੀਕੇਟ ਦੇ ਦਿੱਤਾ, ਜਿਸ ਤੋਂ ਬਾਅਦ ਉਸਦੇ ਖਾਤੇ ਦੇ ਵਿੱਚੋਂ 4.25 ਲੱਖ ਰੁਪਇਆ ਕਢਵਾ ਲਿਆ। ਹੁਣ ਬਜ਼ੁਰਗ ਨੇ ਪ੍ਰਸ਼ਾਸਨ ਦੇ ਕੋਲੋਂ ਗੁਹਾਰ ਲਗਾਈ ਹੈ ਕਿ ਜਲਦ ਇਸ ਠੱਗ ਨੂੰ ਫੜਿਆ ਜਾਵੇ, ਕਿਉਂਕਿ ਸਾਰੀ ਉਮਰ ਦੀ ਕਮਾਈ ਸੀ ਇਸ ਖਾਤੇ ਦੇ ਵਿੱਚ, ਜੋ ਇਸ ਠੱਗ ਦੇ ਵੱਲੋਂ ਮਿੰਟਾਂ ਦੇ ਵਿੱਚ ਹੀ ਸਾਫ਼ ਕੀਤੀ ਗਈ। ਬਜ਼ੁਰਗ ਨੇ ਦੱਸਿਆ ਕਿ ਸਾਈਬਰ ਸੈੱਲ ਦੇ ਕੋਲ ਉਸ ਠੱਗ ਦੀ ਤਸਵੀਰ ਪਹਿਲਾਂ ਹੀ ਮੌਜੂਦ ਹੈ। 75 ਸਾਲ ਦਾ ਇਹ ਬਜ਼ੁਰਗ ਹੈ ਜੋ ਕਿ ਪੈਸੇ ਕਢਵਾਉਣ ਦੇ ਲਈ ਏਟੀਐਮ ਦੇ ਵਿੱਚ ਆਇਆ ਸੀ, ਔਰ ਉੱਥੇ ਪਹਿਲਾਂ ਤੋਂ ਮੌਜੂਦ ਠੱਗ ਦੇ ਵੱਲੋਂ ਧੋਖੇ ਦੇ ਨਾਲ ਏਟੀਐਮ ਕਾਰਡ ਬਦਲ ਦਿੱਤਾ ਔਰ ਕਿਸੇ ਹੋਰ ਥਾਂ ਜਾ ਕੇ 4.25 ਲੱਖ ਰੁਪਏ ਇਸ ਬਜ਼ੁਰਗ ਦੇ ਖਾਤੇ ਦੇ ਵਿੱਚੋਂ ਕਢਵਾ ਦਿੱਤੇ, ਔਰ ਇਹ ਬਜ਼ੁਰਗ ਨੂੰ ਕਾਰਡ ਆ ਜਿਹੜਾ ਉਹ ਡੁਪਲੀਕੇਟ ਫੜਾ ਦਿੱਤਾ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੇਰਾ ਤਬੀਅਤ ਖਰਾਬ ਸੀ, ਮੇਰਾ ਬੀਪੀ ਵਧਿਆ ਹੋਇਆ ਸੀ ਜੀ, ਅਤੇ ਮੈਂ ਨਾ ਉਹ ਕੋਰੀਅਰ ਵਾਲੇ ਨੇ ਆਉਣਾ ਸੀ ਮੋਬਾਈਲ ਲੈ ਕੇ, ਮੈਂ ਉਹਨੂੰ ਪੇਮੈਂਟ ਕਰਨੀ ਸੀ ਜੀ, ਅਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਅਤੇ ਆ ਕੇ ਮੈਂ ਟਰਾਈ ਕਰੀ, 3 ਵਾਰੀ ਟਰਾਈ ਕਰੀ, 2-3 ਵਾਰੀ, ਅਤੇ ਮੇਰਾ ਮੇਰੇ ਤੋਂ ਚੱਲਿਆ ਨਹੀਂ। ਇਸੇ ਦੌਰਾਨ ਇੱਕ ਬੰਦਾ ਯੰਗ ਮੈਨ ਜਿਹਾ ਸੀ, ਉਹ ਹਿੰਦੀ ਬੋਲਦਾ ਸੀ, ਕਹਿੰਦਾ ਕਿਆ ਬਾਤ ਅੰਕਲ ਜੀ, ਚੱਲ ਨਹੀਂ ਰਿਹਾ। ਮਹਾਂ ਨਾ ਯਾਰ, ਮੇਰੇ ਤੋਂ ਤਾਂ ਚੱਲ ਨਹੀਂ ਰਹੇ ਆ, ਮੈਂ ਦੇਖੂੰ ਟਰਾਈ ਮਾਰ ਕੇ। ਮੈਂ ਤੂੰ ਦੇਖ ਲਾ ਭਾਈ, ਉਸ ਨੇ ਪਾਇਆ ਜੀ ਮੇਰਾ ਮਤਲਬ ਚੱਲ ਪਿਆ ਪੈਸੇ ਕੱਢ ਕੇ। ਜਦ ਬਾਹਰ ਆ ਕੇ ਮੈਨੇ ਪੈਸੇ ਫੜ ਲਏ, ਮੈਂ ਪੈਸੇ ਗਿਣਨ ਲੱਗ ਗਿਆ, ਉਹਨੇ ਕੱਢਿਆ ਏਟੀਐਮ ਜੀ ਮੇਰੇ ਹੱਥ 'ਚ ਫੜਾ ਤਾ, ਉਹ ਮੈਨੇ ਪੈਸਿਆਂ ਨਾਲ ਜੇਬ 'ਚ ਪਾ ਲਿਆ ਜੀ, ਉਹਨੇ ਮੈਨੂੰ ਨਕਲੀ ਫੜਾ ਤਾ ਜੀ, ਅਸਲੀ ਮੇਰਾ ਉਹ ਲੈ ਗਿਆ ਜੀ। ਮੈਂ ਜਾ ਕੇ ਉਵੇਂ ਘਰਦਿਆਂ ਨੂੰ ਪੈਸੇ ਫੜਾਏ, ਕੋਰੀਅਰਾਂ ਨੂੰ ਦਿੱਤੇ, ਜਾ ਕੇ ਮੈਂ ਪੈ ਗਿਆ, ਮੇਰੀ ਤਬੀਅਤ ਖਰਾਬ ਸੀ ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਉਹ ਮੈਨੇ ਮੈਸੇਜ ਦੇਖੇ ਨਹੀਂ ਹੈਗੇ, ਅਤੇ ਬਸ ਉਹ ਪੈਸੇ ਉਹਨੇ ਮੇਰੇ ਸਾਰੇ ਮੇਰੇ ਤਾਂ ਜ਼ਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਉਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ 'ਤੇ ਚੱਲਦਾ ਸੀ ਜੀ, 4.25 ਲੱਖ ਰੁਪਇਆ ਮੇਰਾ 24 ਘੰਟੇ ਦੇ ਵਿੱਚ। ਹੁਣ ਜੇ ਪੁਲਿਸ ਵਾਲਿਆਂ ਨੂੰ ਉੱਥੇ 99,000 ਦੀਆਂ ਉਹ ਹੋਈਆਂ ਨੇ ਜੀ ਆਦਰ ਅਕਾਊਂਟ 'ਚ, ਜੇ ਹੁਣ ਪੁਲਿਸ ਵਾਲੇ ਉਹ ਆਦਰ ਅਕਾਊਂਟ ਵਾਲਿਆਂ ਨੂੰ ਫੜਨ। ਅੱਛਾ, ਪੁਲਿਸ ਵਾਲਿਆਂ ਨੇ ਜਦ ਅਸੀਂ ਸਾਈਬਰ ਉਹਦੇ 'ਚ ਗਏ ਠੈਲ 'ਚ, ਉਹਨਾਂ ਨੇ ਫੋਟੋ ਵੀ ਦਿਖਾਈ ਮੈਨੂੰ, ਕਹਿੰਦੇ ਇਹੀ ਬੰਦਾ, ਹਾਂ ਕਹਿੰਦੇ ਇਹ ਸਾਡੇ ਟਰੇਸ 'ਤੇ ਹੈ ਬੰਦਾ, ਉਹਨੇ ਮੈਨੂੰ ਫੋਟੋ ਵੈਰੀਫਾਈ ਕਰਾਈ, ਮੈਂ ਇਹੀ ਬੰਦਾ ਜੀ, ਵੀ ਬਹੁਤ ਵਾਰਦਾਤਾਂ ਕਰ ਰਿਹਾ, ਵੀ ਮੇਰੇ ਨਾਲ ਤਾਂ ਹੋ ਗਈ, ਮੈਂ ਕਹਿਣਾ ਵੀ ਕਿਸੇ ਹੋਰ ਨਾਲ ਨਾ ਹੋ ਜਾਵੇ। ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਜਿੰਨਾ ਖਲੀ ਫੜਾਤਾ ਜੀ, ਉਹ ਡੈੱਡ ਸੀ ਜਮਾਂ ਹੀ ਮਤਲਬ। ਜਦ ਦੂਜੇ ਦਿਨ ਮੈਨੂੰ ਪਤਾ ਲੱਗਿਆ ਵੀ ਮੇਰੇ ਇੰਨੇ ਉਹ ਆਏ ਨੇ ਪੈਸੇ ਕਿੱਥੇ ਗਏ, ਮੈਂ ਏਟੀਐਮ 'ਤੇ ਫੇਰ ਆਇਆ ਜੀ ਵੀ ਅਤੇ ਮੈਂ ਬੈਲੈਂਸ ਚੈੱਕ ਕਰਾਂ, ਜਦ ਮੈਨੇ ਉਹ ਕੱਢਿਆ ਜੀ ਤਾਂ ਉਹ ਨਕਲੀ ਸੀ ਜੀ, ਮੇਰੇ ਤਾਂ ਉੱਥੇ ਮਤਲਬ ਜਾਨ ਜੀ ਨਿਕਲ ਗਈ, ਲੱਤਾਂ ਮੇਰੀਆਂ ਕੰਬਣ ਲੱਗ ਗਈਆਂ, ਮਤਲਬ ਕੁਛ ਬੀਪੀ ਦੀ ਵਧਿਆ ਹੋਇਆ ਸੀ ਤਬੀਅਤ ਮੇਰਾ। ਮੇਰਾ 4.25 ਲੱਖ ਰੁਪਈਆ ਮਤਲਬ ਇੱਕ ਦਿਨ ਦੇ ਵਿੱਚ ਮੇਰਾ ਸਾਰੀ ਜ਼ਿੰਦਗੀ ਦੀ ਭਰਾ ਕਮਾਈ ਜਿਹੜੀ ਮੇਰਾ ਪੈਨਸ਼ਨਰ ਆ, ਮੈਨੂੰ ਤਾਂ ਥੋੜ੍ਹੀ ਪੈਨਸ਼ਨ ਮਿਲਦੀ ਹੈ ਉਹਦੇ 'ਚ ਮੇਰਾ ਗੁਜ਼ਾਰਾ। ਮੈਂ ਉਹਨਾਂ ਤੋਂ ਬਾਅਦ ਫਿਰ ਮੈਂ ਥਾਣੇ ਗਿਆ ਜੀ, ਉਹ ਕਹਿੰਦੇ ਉਹ ਲਿਆਓ ਸਟੇਟਮੈਂਟ ਕਢਾ ਕੇ, ਸਟੇਟਮੈਂਟ ਲਿਆ ਕੇ ਮੈਂ ਉਹਨਾਂ ਦਿੱਤੀ, ਉਹ ਕਹਿੰਦੇ ਜੀ ਤੁਸੀਂ
ਸਾਈਬਰ ਸੈੱਲ ਉੱਥੇ ਬਣਿਆ ਹੋਇਆ, ਥਾਣਾ ਬਣਿਆ ਹੋਇਆ ਸੰਗਰੂਰ, ਉੱਥੇ ਜਾ ਕੇ ਉਹ ਕਰਾਓ। ਉੱਥੇ ਮੈਨੇ ਡਾਇਰੀ ਕਰਾ ਕੇ ਜੀ ਆਪਣੀ ਰਿਪੋਰਟ ਲਿਖਾ ਕੇ ਉਹਨਾਂ ਨੂੰ ਸਾਰੀ ਸਟੇਟਮੈਂਟ ਸਾਰਾ ਉਹਨੂੰ ਦਿੱਤਾ। ਉੱਥੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਫੋਟੋ ਦਿਖਾਈ ਵੀ ਆਹੀ ਫੋਟੋ ਹੈ ਜੀ। ਮੈਂ ਹਾਂ, ਉਸ ਤੋਂ ਬਾਅਦ ਕੱਲ੍ਹ ਮੈਂ SHO ਸਨਾਮ ਨੂੰ ਵੀ ਮਿਲ ਕੇ ਆਇਆ ਜੀ। ਉਹਨਾਂ ਨੇ ਮੈਨੂੰ ਬਹੁਤ ਰਿਸਪੋਂਸ ਦਿੱਤਾ ਜੀ, ਬਹੁਤ ਗੁੱਡ ਬੰਦੇ ਨੇ। ਮੈਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਤਰੱਕੀਆਂ ਕਰੇ ਬਹੁਤ। ਉਹਨਾਂ ਨੇ ਮੈਨੂੰ ਮਤਲਬ ਬਜ਼ੁਰਗ ਮੈਨੂੰ ਚਾਹ ਵੀ ਪਿਲਾਈ ਜੀ। ਬਹੁਤ ਮੇਰਾ ਹੌਂਸਲਾ ਵੀ ਵਧਾਇਆ ਵੀ ਤੁਹਾਨੂੰ ਹੁਣ ਕਿਸੇ ਦੀ ਇੱਕ ਸਿਫਾਰਸ਼ ਦੀ ਲੋੜ ਨਹੀਂ। ਮੇਰਾ ਹੋਇਆ ਉਹਨਾਂ ਮੇਰੇ ਸਾਹਮਣੇ ਹਰਜੀਤ ਕੌਰ ਇੰਚਾਰਜ ਹੈ ਜੀ ਸਾਈਬਰ ਸੈੱਲ ਦੀ, ਵੀ ਇਹ ਤੁਸੀਂ ਇਹ ਨਾ ਸਮਝੋ ਵੀ ਤੁਹਾਡਾ ਕੇਸ ਹੈ ਜਾਂ ਮੇਰਾ ਕੇਸ ਆ, ਵੀ ਆਪਾਂ ਰਲ ਮਿਲ ਕੇ ਇਹ ਸੋਲਵ ਕਰਨਾ। ਉਸ ਉਹਨਾਂ ਨੇ SHO ਸਾਹਿਬ ਨੇ ਮੈਨੂੰ ਬਹੁਤ ਮਤਲਬ ਬਹੁਤ ਮਦਦ ਕਰੀ, ਬਹੁਤ ਮੇਰਾ ਹੌਂਸਲਾ ਹੀ ਵਧਾਤਾ ਜੀ। ਪੈਸੇ ਤਾਂ ਚਲੋ ਗਏ ਮੇਰੇ ਗਏ, ਪਰ ਮੇਰਾ ਮਤਲਬ ਮੇਰੀ ਉਮਰ ਵੱਧ ਗਈ ਜੀ ਉਹਨਾਂ ਨਾਲ। ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ। ਇਹ ਕੋਈ ਪੈਸੇ ਕਢਾਉਣ ਗਏ ਸੀ, ਬਜ਼ੁਰਗ ਹੈਗੇ ਨੇ ਇਹ, ਪੈਸੇ ਕਢਾਉਣ ਗਏ ਸੀ ਅਤੇ ਉੱਥੇ ਜਾ ਕੇ ਕੋਈ ਬੰਦਾ ਆਇਆ ਜਿਵੇਂ ਹੈਲਪ ਕਰਨ ਦੇ ਲਈ, ਅਤੇ ਉਹਨਾਂ ਦਾ ATM ਚੇਂਜ ਕਰਤਾ। ਉਹਦੇ ਨਾਲ ਪਹਿਲਾਂ ਤਾਂ ਕੀ ਹੋਇਆ, ਇਹਨਾਂ ਨੇ ਜਦੋਂ ATM ਪੈਸੇ ਕਢਾਉਣ ਲੱਗੇ ਇਹਨਾਂ ਦੀ ਹੈਲਪ ਕਰਨ ਲਈ, ਉਹਨਾਂ ਨੇ ਕੋਡ ਦੱਸਿਆ, ਇਹਨਾਂ ਨੇ ਆਪ ਹੀ ਉਹਨਾਂ ਨੂੰ ਆਪਣਾ ਕੋਡ ਦੱਸਤਾ। ਉਹ ਕੋਡ ਦੱਸ ਕੇ ਇਹਨਾਂ ਨੂੰ ਪੈਸੇ ਕਢਵਾ ਤੇ, ਨਾਲ ਹੀ ਉਹ ATM ਚੇਂਜ ਹੋ ਗਿਆ, ਉਸ ਤੋਂ ਉਹਨਾਂ ਨੇ ਜਾ ਕੇ ਇਹਨਾਂ ਦੇ ਪੈਸੇ ਕਢਵਾ ਲੈਣੇ। ਜਿਹਦੇ ਸੰਬੰਧ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਸਾਡਾ ਸੰਗਰੂਰ ਤੋਂ ਅਤੇ ਅਸੀਂ ਸੁਨਾਮ ਪੁਲਿਸ, ਕਿਉਂਕਿ ਦੇਖੋ ਕ੍ਰਾਈਮ ਹੋਇਆ ਤਾਂ ਅਸੀਂ ਇਕੱਠੇ ਮਿਲ ਕੇ ਇਹ 'ਚ ਕਾਰਵਾਈ ਕਰ ਰਹੇ ਹਾਂ ਅਤੇ ਜਲਦੀ ਇਹਨੂੰ ਟਰੇਸ ਕਰਕੇ ਇਹਨੂੰ ਦੇਖਾਂਗੇ ਜੀ। ਅਤੇ ਇੱਕ ਤੁਹਾਡੇ ਮਾਧਿਅਮ ਰਾਹੀਂ ਜੀ ਇੱਕ ਹੋਰ ਅਪੀਲ ਵੀ ਹੈ ਸਾਰਿਆਂ ਨੂੰ, ਸਾਰੀ ਇਹ 'ਚ ਅਵੇਅਰਨੈਸ ਚੱਲ ਰਹੀ ਆਲਰੇਡੀ ਕਾਫੀ ਦੇਰ ਤੋਂ ਕਿ ਕੋਈ ਵੀ ਬਜ਼ੁਰਗ ਨੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਉੱਥੇ ATM ਦੇ ਵਿੱਚ ਗਾਰਡ ਵੀ ਖੜ੍ਹੇ ਹੁੰਦੇ ਨੇ ਜਾਂ ਫਿਰ ਬੈਂਕ ਦੇ ਮੁਲਾਜ਼ਮ ਵੀ ਹੁੰਦੇ ਨੇ, ਕਿ ਉਹਨਾਂ ਦੀ ਹੈਲਪ ਲੈਣ। ਕੋਈ ਵੀ ਖੱਬੇ ਸੱਜੇ ਕੋਈ ਵੀ ਹੁੰਦਾ ਜਾਂ ਕੋਈ ਬਾਹਰੋਂ ਆ ਕੇ ਕੋਈ ਲੱਗੇ ਕਿ ਇਹ ਠੀਕ ਹੈ, ਕਿਉਂਕਿ ਆਪਾਂ ਦੇਖੋ ਫੇਸ ਤੋਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ, ਉਹ ਕਿਸੇ ਤੋਂ ਨਾ ਕਰਨ ਜੀ, ਕਿਉਂਕਿ ਉਸ ਨਾਲ ਫਿਰ ਉਹਦੇ ਨਾਲ ਹੀ ਨੁਕਸਾਨ ਹੁੰਦਾ ਹੈ। ਅਵੇਅਰਨੈਸ ਬੜਾ ਪਹਿਲਾਂ ਵੀ ਚੱਲ ਰਹੀ ਹੈ, ਅਤੇ ਇਹਨੂੰ ਕਾਇੰਡਲੀ ਸਾਰਿਆਂ ਨੂੰ ਅਪੀਲ ਹੈ ਜੀ, ਕਿਸੇ ਤੋਂ ਵੀ ਹੈਲਪ ਨਾ ਲਿੱਤੀ ਜਾਵੇ ਜਦੋਂ ਤੱਕ ਤੁਹਾਨੂੰ ਪਤਾ ਨਹੀਂ ਹੈਗਾ ਬੰਦਾ ਸਹੀ ਹੈ ਜਾਂ ਗਲਤ ਹੈ।